ਬਈ ਐਮੀ ਯਾਰ ਆ ਦੇਖ ਯਾਰ ਬਈ ਮੁੰਡਾ ਨੂੰ ਟਿਕਟੋਕ ਵਾਲਾ ਬੜੀ ਚੜਾਈ ਹੋਈ ਯਾਰ ਇਹਦੀ ਅੰਦਾ ਨਹੀਂ ਹੋਏ ਕੁੜੀ ਹੈ ਕੁੜੀ ਆ ਬਹੁਤ ਚੜਾਈ ਆ ਬਾਬਾ ਯਾਰ ਇਹਦੀ ਹਨਾ ਉਹ ਜੂੜਾ ਕੀਤਾ ਹੋਇਆ ਖੜ ਜਾ ਸੁਣ ਕੇ ਦਾ ਦੇਖੋ ਯਾਰ ਗੱਲ ਹੁਣ ਸੁਣਾ ਕਿੰਨੀ ਘੈਂਟ ਗੱਲ ਕਹੂ ਯਾਰ ਤੂੰ रंजीत बाबे दा गाना सुना गाना बहुत सोना यार इन गलां दा सच गई बई सारियां सच दा क्या यार ऊं ते परचा पुछा गया मैं परचा भी हो गया चल आपां ही लेना यार किसे तों चल काफी बवाल बूल चली जांदे आ बहुत मशहूर भी वाह वाह हो गया वैसे टिकटॉक ते बड़े दे वीडियो बनाई जांदे आ बहुत थक बहुत पड़ गया भाई यार तैनू की लगदा मैं सही है यार नहीं सही है यार भाई काफी हद तक बहुत सही है यार चल यार आपां की लेना यार क्या गल्ला ना ओ यार आपां क्यों नहीं लेना यार नहीं गाने सच जे अज आप कलाकार की सपोर्ट करा भी इन्हें सच गाया गाना तो गां जो होर कलाकार आ गए वह भी सच गाउणगे क्योंकि हुण सच भाई थोड़ा टाइम ही चलता ना सच नूं तां रोक लगदी आ सच फिर चलता तो है चाहे थोड़ा टाइम चलता चलता तो है ना अच्छा दुनिया पता केड़े बंदे दी है भाई बेशक झूठे दी जे अज मेरी गल सुन लो जे जिहदी आपां ना सपोर्ट कीती एक मिनट हुण मान लो उहदे ते परचा हो गया ठीक है जे अज उहदी आपां ना सपोर्ट कीती ते जिहड़े हुण कलाकार होर आउणगे ते उहनां ने तां आपणे आपणे सामणे गंद गंद ही पेश करना हैगा जिवें हुण एली मंगट दा गाणा सीगा उहदी किन्नी गंदी वीडियो सीगी हैना मान लो भी उह दीआं वीडियो लै के आउणगे आपणे मूहरे ते जां भाई गल आया ना सुणदा वी नहीं अज गाणे नूं व्यू दे किन्ना आ थोड़े जिहे व्यू आए सी यार भाई जिहड़े नूं सुणदा वी नहीं कोई सच नूं भाई सपोर्ट भी इक पासे उहदी हुण सपोर्ट भी बहुत हो रही है यार एक पासे हुण बथेरे ਉਹਦੇ ਬਈ ਕੇਸ ਹੀ ਏਡਾ ਵੱਡਾ ਦਾ ਪਰਚਾ ਤਾਂ ਦਰਜ ਹੋ ਗਿਆ ਰਾ ਪਰਚਾ ਤਾਂ ਹੁਣ ਸਪੋਰਟ ਵੀ ਹੋ ਰਹੀ ਹੈ ਜੇ ਆਪਾਂ ਬੋਲਾਂਗੇ ਆਪਾਂ ਨੂੰ ਹੁਣ ਯਾਰ ਆਪਾਂ ਬੋਲਾਂਗੇ ਆਪਾਂ ਨੂੰ ਵੀ ਹੋਰ ਦੇਖ ਕੇ ਬੋਲਣਗੇ ਯਾਰ ਇਹਦੇ ਕਰਕੇ ਵੀ ਹੁਣ ਐ ਨਾ ਕਹੋ ਵੀ ਯਾਰ ਇਹਦੀ ਸਪੋਰਟ ਕਰੋ ਯਾਰ ਹੁਣ ਸਾਰੇ ਜਿਹੜੇ ਹੋਰ ਬੰਦੇ ਵੀ ਰਣਜੀਤ ਬਾਬੇ ਨੂੰ ਮਾੜਾ ਨਾ ਕਹੀਏ ਤੇਰੇ ਕਹਿਣ ਦਾ ਮਤਲਬ ਆ ਯਾਰ ਚੰਗਾ ਗਾਇਆਗਾ ਆਪਾਂ ਕਿਉਂ ਮਾੜਾ ਗਾਣਾ ਤਾਂ ਚੰਗਾ ਬਈ ਯਾਰ ਸਪੋਰਟ ਕਰਕੇ ਹਾਂ ਸਪੋਰਟ ਕਰੋ ਯਾਰ ਬਾਈ ਜਾਨ ਕੇ ਵੀਰ ਦੀ ਆਪਣੇ ਦੀ ਤੇ ਐ ਨਾ ਕਹੋ ਵੀ ਯਾਰ ਆਪਾਂ ਕੀ ਲੈਣਾਗਾ ਬਾਕੀ ਰਹਿਣਾ ਹੁਣ ਯਾਰ ਸਰਦਾਰ ਬੰਦਾ ਹੈਗਾ ਸਰਦਾਰ ਬੰਦਾ ਤਾਂ ਠੀਕ ਹੈ ਯਾਰ ਕੋਈ ਵੀ ਬੰਦਾ ਚੱਲ ਜਾਵੇ ਸੱਚ ਗਾਇਆ ਸੱਚ ਆ ਸਹੀ ਗੱਲ ਆ ਸੱਚ ਬੋਲਦਾ ਯਾਰ ਤਾਂ ਉਹਦੀ ਸਪੋਰਟ ਕਰੋ ਬਣ ਜਾ ਕੌੜਾ ਹੁੰਦਾ ਸੱਚ ਕਲਾਕਾਰ ਆ ਯਾਰ ਆਪਣੇ ਦੇਖ ਲੈ ਵੀ ਕੀ ਕੁਛ ਕਰੀ ਜਾਂਦੇ ਹੈਗੇ ਹਨਾ ਗੰਦੀਆਂ ਮੰਦੀਆਂ ਕੋਈ ਕਹਿੰਦਾਗਾ ਵੀ ਘਰੇ ਗੋਲੀਆਂ ਪਾਇਆ ਮੈਨੂੰ ਮਿਲਣਾ ਯਾਰ ਰਾਤ ਨੂੰ ਦੁਪਹਿਰੇ ਆ ਜੀ ਨਾ ਕੰਧ ਟੱਪ ਕੇ ਕੰਧ ਟੱਪ ਕੇ ਇਦਾਂ ਦੇ ਗਾਣੇ ਚੱਲੀ ਜਾਂਦੇ ਹੈਗੇ ਹਨਾ ਕੀਤਾ ਜਲਦਾਰ ਦਾ ਗਾਣੇ ਆ ਹਾਂ ਕੋਈ ਇਦਾਂ ਦੇ ਗਾਣੇ ਚੱਲੀ ਜਾਂਦੇ ਹੈਗੇ ਦੇਖ ਲੈ ਤੇ ਗੰਦ ਪੇਸ਼ ਕਰੀ ਜਾਂਦੇ ਯਾਰ ਉਹ ਆਪੋ ਸੁਣੀ ਜਾਂਦੇ ਆ ਚਾਹ ਨਾਲ ਸੁਣੀ ਜਾਂਦੇ ਤੇ ਹੁਣ ਆਪਾਂ ਜੇ ਇਹ ਚੀਜ਼ ਨੂੰ ਨਾ ਪ੍ਰਮੋਟ ਕਰਾਂਗੇ ਵੀ ਇਹ ਚੀਜ਼ ਨੂੰ ਨਾ ਸਪੋਰਟ ਕਰਾਂਗੇ ਤਾਂ ਫਿਰ ਗੰਦ ਹੀ ਆਊਗਾ ਫਿਰ ਅੱਗੇ ਤਾਂ ਵੀਰੋ ਖੜਨਾ ਮਤਲਬ ਜਿਹੜਾ ਬਈ ਆਪਾਂ ਨੂੰ ਮਤਲਬ ਸਾਰਾ ਇਹ ਖੜਨਾ ਚਾਹੀਦਾ ਆਪਣੇ ਬਾਈ ਦੇ ਹੱਕ 'ਚ ਇਹ ਬਾਈ ਦੇ ਹੱਕ 'ਚ ਖੜਨਾ ਚਾਹੀਦਾ ਵੀਰ ਮੇਰੇ ਉਹੀ ਹੈ ਗੱਲ ਆ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਇਹ ਸਾਡੀ ਵੀਡੀਓ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਤੇ ਫਿਰ ਆਪਾਂ ਇਹਦੇ 'ਤੇ ਅਸੀਂ ਰਣਜੀਤ ਬਾਬੇ ਦੇ ਗਾਣੇ 'ਤੇ ਇੱਕ ਵੀਡੀਓ ਬਣਾਈ ਆ ਉਹਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਅਤੇ ਆਪਣਾ ਅਤੇ ਆਪਾਂ ਬਾਬਿਓ ਇਹ ਇੱਕ ਕਲਾਕਾਰ ਨੂੰ ਸਪੋਰਟ ਨਹੀਂ ਕਰਨੀ ਆਪਾਂ ਸਿਰਫ ਹੱਕ ਸੱਚ ਨੂੰ ਸਪੋਰਟ ਕਰਨੀ ਹੈ ਠੀਕ ਹੈ ਨਾ ਜੋ ਵੀ ਉਹਨੇ ਰਣਜੀਤ ਬਾਬੇ ਨੇ ਇੱਕ ਗਾਣਾ ਗੀਤ ਗਾਇਆ ਗਾ ਵੀ ਸੱਚ 'ਤੇ ਗੀਤ ਗਾਇਆ ਗਾ ਆਪਾਂ ਸਿਰਫ ਉਹਨੂੰ ਸਪੋਰਟ ਕਰਨੀ ਹੈਗੀ ਨਾ ਕਿ ਆਪਾਂ ਕਿਸੇ ਕਲਾਕਾਰ ਨੂੰ ਠੀਕ ਹੈ ਨਾ ਵੀ ਉਹਨੇ ਰਣਜੀਤ ਬਾਬੇ ਨੇ ਕੋਈ ਕਿਸੇ 'ਤੇ ਧਰਮ 'ਤੇ ਲਾ ਕੇ ਨਹੀਂ ਗੀਤ ਗਾਇਆ ਠੀਕ ਹੈ ਨਾ ਉਹਨੇ ਸਿਰਫ ਇੱਕ ਸੱਚਾ ਸੱਚ 'ਤੇ ਗੀਤ ਗਾਇਆ ਗਾ ਆਪਾਂ ਸਿਰਫ ਉਹਨੂੰ ਸਪੋਰਟ ਕਰਨੀ ਆ ਅਤੇ ਬਾਬਿਓ ਸਾਰੇ ਜਣੇ ਉਹਦੀ ਬਾਈ ਦੀ ਸਪੋਰਟ ਕਰੋ ਠੀਕ ਹੈ ਜੇ ਬਾਬਿਓ ਤੁਸੀਂ ਸੱਚ ਨੂੰ ਸਪੋਰਟ ਕਰਦੇ ਹੋ ਤਾਂ ਆਪਣੀ ਵੀਡੀਓ ਲਾਈਕ ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।